अस्सलाम वालेकुम जी, मैं तो अपना फनकार तस्लीम अब्बास ते गुलाम अब्बास मेरा भाई है छोटा अब्बास नाज, बड़ा प्यारा फनकार है। तो इन्होंने एक चैनल बनाया अपनी फनी टीम, अपनी फनी टीम चैनल है। इस चैनल को सब्सक्राइब करो, लाइक करो, शेयर करो और इतने बड़ी बड़ी अच्छी गुफ्तगू हो रही है, बड़ी बड़ी अच्छी थानू आइटम मजाइया गल् बातें और फनकारा ने निजी जिंदगी किदा जी रहे, किंज इंजॉय कर रहे हैं, तो तुम सारा कुछ इस चैनल तो मिलेगा। तो इंशाल्लाह असं भी गाहे बगाहे तुम इस चैनल से नज़र आवेंगे, क्योंकि अब्बास नाज मेरा वीर है छोटा, तो मालक इन इज्जत दे, तो जोड़े चेहरे सानू वेख रहे मुहब्बत कर रहे हैं वो इन जरूर प्यार करो, ठीक है कि नहीं, लाइक करो, शेयर करो, बहुत शुक्रिया, थैंक यू। जरूर देखना अपनी टीम फनी याद रख। चढ़ते महीने तू आप बारह टैनी खेलते हैं, समझ आना सह ले लिए 10 मिनट मेरी गल सुन। जिंदगी की होनी है सुन यार, जो भी। अस्सलाम वालेकुम जी। वालेकुम सलाम जनाब, ठीक हो? अल्लाह शुक्र जनाब, तुसी सुनाओ? बस वधिया जी, तुसी सुनाओ? आ फड़ो जनाब, लियाओ जी, की लैके आए हो? सलाम जी सलाम आए हो? हां जी हो जनाब, किधर आए हो, किन्नू मिलना पाए ना? मी दे दे गफूरे नु मिलना, मी तेनु दे गफूरे नु मिलना, ओ असी आ बैठे हैं भाई। जाके ने भेजे? जाके ने भेजे तेनु? अच्छा अच्छा, ओ जाका करदे पे हसी। अच्छा अच्छा, हो चौधरी चौधरी जाके ने, खैर है भाई तेनु? हां मैं काम से एक छोटा आया, तो कहते उन्होंने मिलो जाके काम कर देंगे। छोटा जहा काम सोने असं काम करने वास्ते बैठे, असि तो पिंड के वे वे काम के, तो छोटा काम कह रहे हैं। आ वेख नहीं रहे आ सारिया पैलियां किले असी वट वट के रख दते हैं, जबरदस्त हो गया। हाँ जी हनेरा से जो वाढ़े कर रहे हैं, पढ़ लो एक बार जो पढ़ जाए हों, पढ़े जनाब इन्ना कितने पढ़े जाना, पढ़ लेने कुछ नहीं होंगे भाई, इन्ने भी असं अनपढ़ नहीं है। आ वैसे इंग्लिश नहीं पढ़ होंगे भाई, इंग्लिश नहीं पढ़ना होंगे, ਪੜਨਾ ਵੀ ਨਹੀਂ ਆਂਦਾ ਤੇ ਪੜ, ਪੜਨਾ ਵੀ ਨਹੀਂ ਆਂਦਾ ਪੜ, ਫਿਰ ਮੈਂ ਕਹਿੰਦਾ ਪੜਨਾ ਨਹੀਂ ਆਂਦਾ ਤੇ ਫੜਾ ਦੇ ਉਹਨੂੰ, ਜੇ ਨਹੀਂ ਪੜਨਾ ਹੁੰਦਾ ਤੇ ਐ ਵੀ ਕਿਲਕਿਲ ਪਾ ਦਿੱਤੀ। ਦੇਖੋ ਜੀ ਗੱਲ ਪਤਾ ਕੀ ਆ, ਇਹਨੂੰ ਪਾਣੀ ਪਲਾਈਏ ਭਾਈ? ਹਾਂ ਪਲਾ ਦੇ, ਠੰਡਾ ਦੇ, ਠੰਡਾ ਹੀ ਆ ਪਾਣੀ। ਬਸ 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 ਬਸ, ਅੱਛਾ ਜੀ, ਸੰਗੀ ਗਿੱਲਾ ਕਰਨਾ, ਬਸ ਸੰਗੀ ਗਿੱਲਾ ਕਰਨਾ ਤਾਂ ਪੀਓ, ਫੇ ਇੰਨਾ ਕਿਨ ਹੋ ਜਾਏਗਾ ਤੁਹਾਡਾ। ਹੈ ਜੀ ਗੱਲ ਕੀ ਆ ਭਾਈ, ਕੰਮ ਕਿਹੜਾ ਭਾਈ, ਕੰਮ ਆਪਣਾ ਦੱਸੋ ਕੰਮ ਸਾਨੂੰ। ਸ਼ੁਕਰ ਆ ਮਾਲਕ ਦਾ, ਸ਼ੁਕਰ ਆ ਮਾਲਕ ਦਾ, ਸ਼ੁਕਰ ਕਰਨਾ ਚਾਹੀਦਾ ਜੀ ਮਾਲਕ ਦਾ ਜੀ। ਆ ਫੜੋ ਜੀ, ਕੀ ਭਾਈ ਫੜੋ ਜੀ ਫੜੋ, ਆ ਸੈਨ ਇੱਥੇ, ਕਿ ਤੁਸੀਂ ਆ ਤੁਹਾਡਾ ਨਾਂ ਲਿਖਿਆ ਭਾਈ, ਸੈਨ ਕਰਦੇ ਤੁਸੀਂ ਦੱਸੋ ਤੁਹਾਨੂੰ ਕੰਮ ਕੀ? ਦੇਖੋ ਜੀ ਸਾਨੂੰ ਨਾ ਕੀ ਮਿਲਣਾ, 50,000 ਰੁਪਈਆ ਤੇ 20-20 ਮਣ ਕਣਕ, 50,000 ਰੁਪਈਆ 20-20 ਮਣ ਕਣਕ। ਹਾਂਜੀ ਇਹ ਕੌਣ ਦੇ ਰਿਹਾ ਜੀ? ਅਸੀਂ, ਤੁਸੀਂ ਦੇ ਰਹੇ ਹੋ? ਹਾਂਜੀ ਤੁਹਾਡੀ ਕੋਈ ਜ਼ਮੀਨ? ਹਾਂਜੀ ਤੁਸੀਂ ਦੇ ਰਹੇ ਹੋ ਸਾਨੂੰ? ਵਾਢੀ ਕਰਨੀ, ਬਸ ਵਾਢੀ ਕਰਨੀ ਤੇ ਕਰ ਲਾਂਗੇ ਵਾਢੀ ਯਾਰ। ਫਿਰ ਸੈਨ, ਹਾਂ ਮਾਰ ਦਿੰਦੇ ਸੈਨ, ਮਾਰੋ ਸੈਨ ਜਰਾ, ਹਾਂ ਵੀ ਬੜਾ ਵੱਡਾ ਬੰਦਾ ਆ ਗਿਆ ਵੀ, ਦੇਖ ਲੈ ਤੈਨੂੰ ਮੈਂ ਕਿਹਾ ਨਾ ਕਿ ਅੱਛਾ ਉਰਦੂ ਚ ਸਖੀ ਬੰਦੇ ਵੀ, ਹਾਂਜੀ ਉਰਦੂ ਸਖੀ ਬੰਦੇ ਵੀ ਅੱਲਾ ਨੇ ਨਾਂ ਰੱਖਿਆ। ਸਹੀ ਗੱਲ ਹੈ, ਸਹੀ ਗੱਲ ਹੈ, ਪੰਜ ਪੜੇ ਆ ਜੀ ਉਰਦੂ ਚ, ਇੰਨਾ ਕੋ ਲਿਖਣਾ ਆਂਦਾ ਜੀ? ਹਾਂਜੀ ਪੰਜ ਪੜੇ ਆ ਜੀ, ਅਸੀਂ ਆਪਣਾ ਨਾਮ ਹੀ ਲਿਖ ਸਕਦੇ ਆ ਜੀ। ਜ਼ਬਰਦਸਤ, ਆਹੋ ਇਹ ਲਓ ਜੀ ਆਹ ਸੈਨ ਕਰ ਦਿੱਤੇ। ਹੁਣ ਤੁਸੀਂ ਇਸ ਗੱਲ ਤੋਂ ਮੁਕਰਨਾ ਨਹੀਂ ਹੈਗਾ, ਤੁਸੀਂ ਸਾਨੂੰ ਕਿਹਾ ਕਿ 50,000 ਰੁਪਈਆ ਸਾਨੂੰ ਤੁਸੀਂ ਦੇਣਾ ਹੈ ਤੇ 20 ਮਣ ਤੁਸੀਂ ਸਾਨੂੰ ਕਣਕ ਦੇਣੀ ਆ। ਹਾਂ ਆ ਤੁਸੀਂ ਦੱਸਿਓ ਯਾਰ, ਮੈਂ ਖੋਤਾ ਲੈਣਾ ਆਪਣਾ ਨਵਾਂ। ਹਾਂ ਵੀ ਮੈਂ ਤਾਂ ਨਹੀਂ ਮੁਕਰਦਾ, ਤੁਸੀਂ ਪੱਕੇ ਰਹਿਣਾ। ਨਹੀਂ ਅਸੀਂ ਕਦੋਂ ਮੁਕਰਿਆ, ਲੇਕਿਨ ਥੋੜਾ ਸਾਨੂੰ ਟਾਈਮ ਦੇਣਾ ਯਾਰ, ਇਹ 2 ਕਪੈਲੀਆਂ ਰਹਿ ਗਈਆਂ ਤੇ ਵੱਢ ਕੇ ਅਸੀਂ ਤੇਰੇ ਕੋਲ, ਅਸੀਂ ਇਹ 4 ਘੰਟੇ ਮੁਕਾ ਦੇਣੀਆਂ ਨੇ, ਆਪਾਂ ਫਿਰ ਤੁਹਾਡੇ ਕੋਲ ਹੀ ਅਸੀਂ ਜਨਾਬ। ਸ਼ਾਮ ਤੋਂ ਪਹਿਲਾਂ ਕਣਕ ਵੱਢਣੀ ਆ ਆਪਾਂ, 40 ਮਣ ਤੁਹਾਨੂੰ ਦਾਣੇ ਕਰਤੇ, 50,000 ਰੁਪਈਆ। ਕੀ ਗੱਲ, ਤੁਹਾਨੂੰ ਲੰਘ ਜਾਣਗੇ ਹੁਣ, ਤੁਹਾਨੂੰ ਕੋਈ ਵਾਢੀ ਵਾਲੇ ਬੰਦੇ ਨਹੀਂ ਲੱਭੇ ਸੀ? ਨਹੀਂ ਨਾ ਲੱਭੇ, ਕਣਕ ਸਾਰੀ ਪੈਂਡੀ ਆ ਲੰਮੇ। ਅੱਛਾ ਉਹ ਤੁਹਾਨੂੰ ਪਤਾ ਕਿ ਮੀਂਹ ਨੇਰੀ ਦਾ ਮੌਸਮ ਆ, ਉਹ ਮੀਂਹ ਨੇਰੀ ਬੜੀ ਆ ਰਹੀ ਆ, ਸੱਚੀ ਗੱਲ ਆ ਯਾਰ ਤੇਰੀ ਗੱਲ, ਤੇ ਤੂੰ ਸੱਚਾ ਬੰਦਾ, ਤੇ ਕੋਈ ਨਹੀਂ ਵੜਦਾ ਕਿ ਤੂੰ ਪਰੇਸ਼ਾਨ ਕਿਉਂ ਹੋ ਰਿਹਾ, ਅਸੀਂ ਜਦੋਂ ਪੈਲੀਆਂ 'ਚ ਵੜਨਾ ਹੀ ਹੈ, ਅਸੀਂ ਕਿਲੇ 'ਚ ਜਦੋਂ ਵੜਨਾ ਵਾ, ਤੇਰੀ ਇੱਕ ਇੱਕ ਪੈਲੀ ਅਸੀਂ 10-10 ਮਿੰਟ 'ਚ ਵੱਢੀ ਜਾਣੀ ਹੈ। ਡਨ ਹੋ ਗਿਆ, ਤੇ ਨਾਲ ਦਾ 2 ਘੰਟੇ ਜੇ ਅੱਧੀ ਪੈਲੀ ਫਰਕ, ਡਨ ਹੋ ਗਿਆ। ਤੇ ਤੂੰ ਆਪਣੀ ਜ਼ਮੀਨ ਕਿੰਨੀ ਹੈ ਆਪਣੀ? ਜ਼ਮੀਨ 10 ਕਿੱਲੇ, ਕਣਕ ਬੀਜੀ ਹੋਈ ਹੈ ਸਿਰਫ 10 ਕਿੱਲੇ, ਟੈਨਸ਼ਨ ਕੋ ਨਹੀਂ, ਬੰਨਾ ਜਿਹੜਾ ਨਾ
ਅੱਛਾ ਆਪਣੇ ਨਾਲ ਵੀ ਕਿਸੇ ਦੀ ਜ਼ਮੀਨ ਹੋਣੀ ਆ ਉਹ ਮੇਰੇ ਫੁੱਫੇ ਦੀ ਆ ਫਿਰ ਤੇ ਘਰ ਵਾਲੀ ਗੱਲ ਹੋ ਗਈ ਸਾਰੀ ਨਹੀਂ ਉਹਨਾਂ ਨਾਲ ਬਣਦੀ ਨਹੀਂ ਨਾ ਸਾਡੀ ਕੋਈ ਅੱਜ ਕੱਲ ਵਾਕਿਆ ਨਹੀਂ ਬਣਦੀ ਕਿ ਸੱਚਾ ਉਹ ਸਾਡਾ ਵੀ ਇੱਕ ਫੁੱਫਾ ਤੈਨੂੰ ਪਤਾ ਹੀ ਆ ਉਹਦੇ ਨਾਲ ਨਹੀਂ ਬਣਦੀ ਹੈਗੀ ਅੱਜ ਕੱਲ ਫੁੱਫੇ ਸਹੀ ਨਹੀਂ ਆ ਰਹੇ ਜੇ ਫੁੱਫੇ ਸਹੀ ਹੋਣ ਨਾ ਤੇ ਫਿਰ ਬੰਦੇ ਸਹੀ ਰਹਿੰਦੇ ਆ ਸਹੀ ਗੱਲ ਮੈਂ ਤਾਂ ਤੇ ਫੁੱਫੇ ਨਾਲ ਬਣਾ ਨਹੀਂ ਛੱਡ ਦਿੱਤੀ ਮੈਂ ਕਿਹਾ ਫੁੱਫੜਾ ਜਾਂ ਤੂੰ ਹੀ ਸਹੀ ਨਹੀਂ ਹੈਗਾ ਮੈਂ ਫੁੱਫਾ ਨਾਲ ਕੇ ਚੈਨਲ ਲਾ ਲੈਣਾ ਤੇ ਉਹਨਾਂ ਨੇ ਨਾ ਉੱਥੇ ਕਰਨੀ ਅਣਬਣ ਥੋੜੀ ਬਹੁਤੀ ਤੁਹਾਡੇ ਨਾਲ ਜਿੰਨੇ दो चार बंदूक लड़ाई ठाडी असि जाके किले फड़ने असि कनक फड़ देनी माड़े बंदे माड़े असि मैं कीता 10 किले दे कब्जा ओ जमीन आ फुफे होना दी तेन झाके ने झाके मौत पवे ओनू असी नजर आए होर पिंड च वाडिया बंदे नजर नहीं आंदे मतलब झाके ने मेनू सही गया यार मेरी गल सुन भरावा झाके ने की कह तेनू उन्हें कहा सैन करवा ली सैन किते है ना 10 किले कणक वड के ते तुसी जाने ते पुलिस वाले को छितर मैं शाम नु डेली मरवाने ता मेरी गल सुनो भाई जाके नु ना जाके दसी है तू साडी पिंड विच हो लड़ाई करवा रिया ओ ते बहुत अथरा जिया बंदा वा ओए पता जाका सुनदा कट मारदा बहुता ही आओ मैनू हुण की मेरा हार कीता मेरा मुंह काला कर खोती दबाता सी ऐ सुन के किन्ना कर देना तेरा ते उथे कोई भी तानू कुछ आके कवे हां मैं ताडे मगर हां तुसी अगे हो चार बंदूकां नाल डंडे सोटे जद असि जाना ही नहीं हैगा असि ते तू तेनू मगर भी क्यों रखना ਸਾਡਾ ਉਸ ਕਿੱਲੇ 'ਚ ਕੰਮ ਹੀ ਕੀ ਆ ਅਸੀਂ ਨਾ ਜਾਣਾ ਹੀ ਹਾਂ ਨਾ ਹੈਗਾ ਅਸੀਂ ਬਹੁਤ ਮਾੜੇ ਆ ਆਹ ਸੈਨ ਤੇਰੇ ਹਾਂਜੀ ਆਹ ਤੇਰੇ ਹਾਂਜੀ ਉੱਠੋ ਹੁਣ ਮੇਰੀ ਗੱਲ ਸੁਣ ਮੈਂ ਦਿਖਾਣਾ ਜਾ ਕੇ ਠਾਣੇ ਜੇ ਨਾ ਫੇ ਤੁਸੀਂ ਵਾਡੀ ਕਰੋ ਮੇਰੀ ਗੱਲ ਸੁਣੋ ਯਾਰ ਵੇਲਾ ਕਿਹੜੀ ਗੱਲਾਂ ਪਾ ਰਹੇ ਆ ਯਾਰ ਮੈਂ ਜਾ ਕੇ ਕੋ ਜਾਵਾਂ ਨਹੀਂ ਠਹਿਰ ਕਿਉਂ ਕਿਹੜਾ ਯਾਰ ਓਏ ਯਾਰ ਸੈਨ ਠਹਿਰ ਜਾ ਪਹਿਲੇ ਗੱਲ ਤੇ ਲਪੇੜ ਲੈ ਮੇਰੀ ਗੱਲ ਸੁਣ ਯਾਰ ਮੇਰਾ ਤੇ ਵਿਆਹ ਹੋਇਆ ਹਾਂ ਮੇਰੇ ਤੇ ਬੱਚੇ ਵੀ ਹੈਗੇ ਆ ਹਾਂ ਤੇਰਾ ਤੇ ਵਿਆਹ ਨਹੀਂ ਹੋਇਆ ਚੱਲ ਜੇ ਤੂੰ ਮਰ ਵੀ ਗਿਆ ਨਾ ਤੇਰੇ ਪਿੱਛੇ ਰੋਣ ਵਾਲੇ ਵੀ ਕਿਹੜੇ ਹੈਗੇ ਤੇਰਾ ਵਿਆਹ ਹੋਇਆ ਇਹਨੂੰ ਲੈ ਜਾ ਤੇਰਾ ਵਿਆਹ ਹੋਇਆ ਨਾ ਤੇਰੇ ਬੱਚੇ ਹੈਗੇ ਨੇ ਆਹੋ ਤੂੰ ਵਿਆਹ ਦਾ ਨਜ਼ਾਰਾ ਲੈ ਲੈ ਆਹੋ ਮੈਂ ਲੈਣਾ ਹੋਇਆ ਮੇਰਾ ਵੀ ਹੋਣਾ ਮੇਰੇ ਬੱਚੇ ਹੋਣੇ ਤੂੰ ਚਲੇ ਜਾ ਓਏ ਰੋਣ ਦਾ ਹੁਣ ਕੋਈ ਫਾਇਦਾ ਨਹੀਂ ਹੈਗਾ ਹੁਣ ਤਾਂ ਸੈਨ ਹੋ ਗਏ ਆ ਯਾਰ ਮੇਰੀ ਗੱਲ ਸੁਣ ਕਿਸੇ ਨੂੰ ਸੈਨ ਨਹੀਂ ਵੀ ਹੁੰਦੇ ਬੰਦਾ ਗਲਤੀ ਜੇ ਕਰ ਦਿੰਦਾ ਤੈਨੂੰ ਮੈਂ ਕਿਹਾ ਸੀ ਨਾ ਪਹਿਲੇ ਪੜ ਲਾ ਫਿਰ ਸੈਨ ਕਰੀ ਤੈਨੂੰ ਲਾਲਚ ਪੈ ਗਈ 50,000 ਦੀ ਤੇ 20 ਮਨ ਦਾਣਿਆਂ ਦੀ ਉਹ ਇੰਗਲਿਸ਼ ਲਿਖੀ ਨਹੀਂ ਪੜਦਾ ਹੁੰਦਾ ਸੀ ਸਾਨੂੰ ਕਹਿੰਦੇ ਨਹੀਂ ਪੜਦਾ ਹੁੰਦਾ ਮੈਨੂੰ ਯਾਰ ਤੂੰ ਕੁਝ ਕਾਗਜ਼ ਨਹੀਂ ਲੈ ਕੇ ਆ ਸਕਦਾ ਸੀ ਓਏ ਸਾਨੂੰ ਦੱਸ ਨਹੀਂ ਸਕਦਾ ਤੂੰ ਜਾਂ ਪੰਜਾਬੀ 'ਚ ਲੈ ਕੇ ਹੋਣਾ ਯਾਰ ਜੱਕ ਨੂੰ ਫੋਨ ਮਾਰ ਯਾਰ ਤੂੰ ਜੱਕ ਨੂੰ ਛੱਡ ਜੱਕ ਨੇ ਸਾਨੂੰ ਪਿੰਡੋਂ ਕੱਢ ਦੇਣਾ ਬਾਹਰ ਮੈਨੂੰ ਮੇਰਾ ਪਿੰਡ ਰਹਿ ਲੱਗੇ ਆ ਵਾਢੀ ਤਾਂ ਤੁਹਾਨੂੰ ਹੁਣ ਕਰਨੀ ਪੈਣੀ ਆ ਭਾਈ ਤੇ ਕਿੰਨ ਵਾਢੀ ਕਰਨੀ ਭਾਈ ਤੁਸੀਂ ਅਸੀਂ ਨਹੀਂ ਕਰਨੀ ਕਿਉਂ ਨਹੀਂ ਕਰਨੀ ਅਸੀਂ ਫੈਰ ਖਾਣਾ ਵਾਢੀ ਕਰਕੇ ਉੱਥੇ ਖੈਰ ਮੈਂ ਤੁਹਾਡੇ ਮਗਰ ਆ ਤੁਸੀਂ ਟੈਨਸ਼ਨ ਕਾਦੀ ਲੈ ਰਹੇ ਤੂੰ ਕਾਦਾ ਮਗਰ ਸੰਤ ਮੇਰੀ ਗੱਲ ਸੁਣ ਲਾ ਅਸੀਂ ਘਰ ਕਦੀ ਆਪਣੇ ਛੁਰੀ ਨਹੀਂ ਚਲਾਈ ਅਸੀਂ ਤੇ ਇੰਨੇ ਨਾਜ਼ੇ ਦਾ ਸੋਨੇ ਆ ਸਾਡੇ ਉੱਤੇ ਤੇ ਮੱਖੀ ਪੈ ਜੀ ਅਸੀਂ ਡਰਦੇ ਉਹਨੂੰ ਨਹੀਂ ਠਾਂਦੇ ਹੈਗੇ ਸਾਨੂੰ ਮੱਛਰ ਲੜ ਜਾਵੇ ਨਾ ਮੱਛਰ ਲੜ ਜੇ ਅਸੀਂ ਉਹਨੂੰ ਕਿ ਲੜ ਲਾ ਜਿੰਨਾ ਲੜਨਾ ਅਸੀਂ ਤੇ ਉਹਨਾਂ ਨਹੀਂ ਕਦੀ ਲੜੇ ਹੈਗੇ ਕਿ ਮੱਛਰ ਨਹੀਂ ਮਾਰਿਆ ਤੈਨੂੰ ਸੋਚ ਲਾ ਸੋਚਿਆ ਛੋਟਾ ਪਿੰਡ ਹੈਗਾ ਭਾਈ ਵਾਲਾ ਉੱਥੇ ਹੈਗੇ 10 ਕਿੱਲੇ ਖੜੇ
ਭਾਈ ਉਹਨੂੰ ਖੜੇ ਰਹਿੰਦੇ ਹੋ ਜਿੱਥੇ ਖੜੇ ਆ ਨਾ ਉੱਥੇ ਹੀ ਖੜੇ ਰਹਿੰਦੇ ਖੜੇ ਨਾ ਉਹਨੂੰ ਪਾ ਦੇ ਜੇ ਮੇਰੀ ਕਣਕ ਪਈ ਨਾ ਲੰਮੇ ਤੇ ਮੈਂ ਤੁਹਾਨੂੰ ਦੋਵਾਂ ਨੂੰ ਲੰਮੇ ਪਾ ਕੇ ਉਹ ਛਿੱਤਰ ਫੇਰਨਾ ਸੁਣੋ ਭਾਈ ਕੌਣ ਮੇਰੇ ਮਾਮੇ ਦਾ ਮੁੰਡਾ ਬੁਲਾਉਣ ਡਿਆ ਮੈਂ ਹੁਣੇ ਕਰਕੇ ਕੰਮ ਹੁਣੇ ਕਰਕੇ ਥੋੜੇ ਨਾ ਕੰਮ ਭਾਈ ਮੈਂ ਪੇਪਰ ਤੇ ਕੀਤੇ ਸਾਈਨ ਆ ਦੇਖ ਲਓ ਆ ਸਾਈਨ ਇਹਨੇ ਕੀਤੇ ਨਾ ਸਾਈਨ ਫੜੋ ਕਾਗਜ਼ ਆ ਕਿੱਥੇ ਸਾਈਨ ਕੀਤੇ ਆ ਦੇਖੋ ਆ ਸਾਈਨ ਨਹੀਂ ਸਹੀ ਹੋਏ ਆ ਸਾਈਨ ਓਏ ਉਹ ਗੱਲ ਸੁਣ ਲੈ ਤੱਕ ਓਏ ਮੈਂ ਮਾਰ ਦੇ ਰਹੀ ਹਾਂ